ਪੰਜਾਬ ਦੇ ਵਿੱਚ ਅਕਾਲੀ ਸਰਕਾਰ ਸਮੇਂ ਪਰਲ ਗਰੁੱਪ ਨੇ ਲੋਕਾਂ ਦੇ ਨਾਲ ਕਰੋੜਾਂ ਰੁਪਏ ਦੀਆਂ ਮਾਰੀਆਂ ਠੱਗੀਆਂ ਦੇ ਵਿਰੋਧ ਦੇ ਵਿੱਚ ਪਰਲ ਗਰੁੱਪ ਦੇ ਗਿਆਨ ਸਾਗਰ ਹਸਪਤਾਲ ਲੱਗੇ ਧਰਨੇ ਉੱਪਰ ਬੈਠੇ ਧਰਨਾਕਾਰੀਆਂ ਨੂੰ ਅੱਜ ਪੁਲਿਸ ਥਾਣੇ ਲੈ ਗਈ ਤਾਂ ਜੋ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਕਾਇਮ ਰਹਿ ਸਕੇ, ਕਿਉਂਕਿ ਧਰਨਾਕਾਰੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਹਸਪਤਾਲ ਦੇ ਅੱਗੇ ਧਰਨੇ 'ਤੇ ਬੈਠੇ ਹੋਏ ਸਨ। ਇਸ ਦੌਰਾਨ ਪਰਲ ਗਰੁੱਪ ਤੋਂ ਲੁੱਟੇ ਹੋਏ ਲੋਕਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਕਿ ਇਹ ਸਰਕਾਰ ਸਮੇਂ ਲੋਕਾਂ ਦੇ ਹੀ ਲੁੱਟਦੇ ਪੈਸੇ ਉਹਨਾਂ ਨੂੰ ਵਾਪਸ ਦਿਵਾਏ ਜਾਣ। ਸੇਵਾਦਾਰ ਇਨਸਾਫ ਦੀ ਆਵਾਜ਼ ਔਰਗੇਨਾਈਜੇਸ਼ਨ ਜੋ ਕਿ ਚਿੱਟ ਫੰਡ ਕੰਪਨੀਆਂ ਦੇ ਖਿਲਾਫ ਸੰਘਰਸ਼ ਕਰ ਰਹੀ ਹੈ, ਜਿਹੜੀਆਂ ਕੰਪਨੀਆਂ ਲੋਕਾਂ ਦਾ ਪੈਸਾ ਲੈ ਕੇ ਭੱਜ ਚੁੱਕੀਆਂ ਨੇ, ਉਹਨਾਂ 'ਚੋਂ ਇੱਕ ਸਿਰਮੌਰ ਕੰਪਨੀ ਪਰਲ ਕੰਪਨੀ PACL ਉਹਦਾ ਪਿੰਗ ਸੀ, ਜਿਹਨੇ ਪੂਰੇ ਦੇਸ਼ 'ਚੋਂ 5,85,00,000 ਲੋਕਾਂ ਦਾ ਪੈਸਾ ਇਕੱਠਾ ਕੀਤਾ, ਜਿਹਦੇ ਵਿੱਚ ਪੰਜਾਬ ਦੀ ਗਿਣਤੀ 25,00,000 ਹੈ। ਤਾਂ ਉਹਨਾਂ ਲੋਕਾਂ ਦਾ ਜਿਹੜਾ ਪੈਸਾ ਲੱਗਿਆ ਸੀ ਇਹਨਾਂ ਪ੍ਰੋਪਰਟੀਆਂ 'ਤੇ, ਜਿਵੇਂ ਅੱਜ ਆਪਾਂ ਗਿਆਨ ਸਾਗਰ ਹੈਗੇ ਹਾਂ, ਇਹ ਗਿਆਨ ਸਾਗਰ ਉਹ ਹੈ ਇਹਨੂੰ ਇਹਨਾਂ ਨੇ ਤਾਂ ਚੈਰੀਟੇਬਲ ਟਰੱਸਟ ਬਣਾਇਆ, ਪਰ ਇਹਦੀ ਜਿਹੜੀ ਐਡੀ ਵੱਡੀ ਬਿਲਡਿੰਗ ਖੜੀ ਕੀਤੀ ਆ ਜਾਂ ਇਹਨੂੰ ਬਹੁਤ ਵੱਡੇ ਇਹਦੇ ਮਾਣ ਹਾਸਲ ਹੋਇਆ, ਜਿੰਨੀਆਂ ਇਹਨਾਂ ਨੂੰ ਪਾਵਰਾਂ ਮਿਲੀਆਂ ਨੇ, ਉਹ ਸਾਰੀਆਂ ਇਹਨਾਂ ਗਰੀਬ ਲੋਕਾਂ ਦੇ ਪੈਸੇ ਦੀ ਬਦੌਲਤ ਹੈ। ਅੱਜ ਨਿਰਮਲ ਸਿੰਘ ਭੰਗੂ ਚਾਹੇ ਬਠਿੰਡੇ ਦੀ ਜੇਲ੍ਹ 'ਚ ਆ, ਪਰ ਉਹ ਆਪਦੀਆਂ ਇਹਨਾਂ ਪ੍ਰੋਪਰਟੀਆਂ ਨੂੰ ਖੁਰਦ ਬੁਰਦ ਕਰ ਰਹੇ ਆ। ਮੇਨ ਉਹਦੀ ਬੇਟੀ ਇੱਥੇ ਟਰੱਸਟੀ ਆ ਅਤੇ ਮੁੱਖ ਚੇਅਰਮੈਨ ਵੀ ਆ, ਉਹਨੇ ਇਸ ਪ੍ਰੋਪਰਟੀ ਦਾ ਸੌਦਾ ਇੱਕ BJP ਦੇ ਨੇਤਾ ਨਾਲ ਕਰਤਾ, ਅਤੇ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਹਾਂ। ਜੇ ਇਹ ਪ੍ਰੋਪਰਟੀ ਵਿਕੀ ਆ ਤਾਂ ਇਹ ਪੈਸਾ ਜਾਂ ਤਾਂ ਸਰਕਾਰੀ ਖਜ਼ਾਨੇ 'ਚ ਜਾਵੇ ਜਾਂ ਇਸ ਮੈਟਰ 'ਤੇ ਬਣੀ ਮੋਢਾ ਕਮੇਟੀ ਦੇ ਅਕਾਊਂਟ 'ਚ ਟ੍ਰਾਂਸਫਰ ਹੋਵੇ। ਪਾਰਲਰ ਦੇ ਪੈਸੇ ਲਾਵਾ ਇਹਦੇ ਜੀ, ਟਾਈਮ ਪੂਰਾ ਹੋ ਗਿਆ ਤਾਂ ਤੁਹਾਨੂੰ ਪੈਸੇ ਨਹੀਂ ਮਿਲੇ ਜੀ। ਕਿੰਨੇ ਪੈਸੇ ਲਾਏ ਤੁਸੀਂ? ਅਸੀਂ 8,00,000 ਰੁਪਏ ਵੀ ਆ ਮੇਰੇ ਮਾਮੇ ਦਾ ਜੀ, ਬਾਕੀ 5-6,00,000 ਰੁਪਏ ਸਾਡਾ ਜੀ, ਬਾਕੀ ਹੋਰ ਭਰਾਏ ਨੇ ਲੋਕਾਂ ਦੇ ਜੀ। ਆ ਪਰਲ ਕੰਪਨੀ ਦੇ ਮਸਲੇ 'ਚ ਆਏ ਜੀ, ਸਾਨੂੰ ਪੈਸਾ ਨਹੀਂ ਹਾਲ ਤੱਕ ਕੋਈ ਵੀ ਮਿਲਿਆ, 2 ਸਾਲ ਹੋ ਗਏ ਮੈਰਿਜ ਪੂਰੀ ਹੋਈ ਨੂੰ। ਅਤੇ ਕਿੰਨੇ ਪੈਸੇ ਜੀ ਤੁਹਾਡੇ? ਸਾਡਾ 3,00,000 ਰੁਪਏ ਲੱਗਿਆ ਹੋਇਆ ਜੀ। ਅਸੀਂ ਚਾਹੁੰਦੇ ਹਾਂ ਜੀ ਪ੍ਰੋਪਰਟੀ ਹੈ ਸੇਲ ਹੋਵੇ, ਲੋਢਾ ਕਮੇਟੀ ਨਾਲ ਅਟੈਚ ਹੋਵੇ, ਔਰ ਇਹ ਪੇਮੈਂਟ ਸਾਨੂੰ ਸਾਰੇ ਗਰੀਬਾਂ ਲੋਕਾਂ ਨੂੰ ਮਿਲੇ, ਜਿਹਨੇ 100-100 ਰੁਪਏ 200 ਰੁਪਏ ਮਹੀਨਿਆਂ ਦੇ ਕੇ ਪੇਮੈਂਟ ਇਕੱਠੀ ਕੀਤੀ ਆ। ਅੱਜ ਤੁਸੀਂ ਕਿੰਨੇ ਮੈਂਬਰ ਆਏ ਹੋ ਇੱਥੇ? ਅਸੀਂ ਤਕਰੀਬਨ 2,000-3,000 ਬੰਦਾ ਇੱਥੇ ਹੈਗੇ ਜੀ, ਅਸੀਂ ਬਹੁਤ ਵੱਡੀ ਸੰਘਰਸ਼ ਕਰਾਂਗੇ, ਅਸੀਂ ਮਰਨ ਨੂੰ ਤਿਆਰ ਹੈਗੇ ਹਾਂ। ਰਾਜਪੁਰਾ ਤੋਂ ਕੈਮਰਾਮੈਨ ਅਭਿਸ਼ੇਕ ਸੂਦ ਦੇ ਨਾਲ ਰਜਿੰਦਰ ਮੋਹੀ, ਆਜ਼ਾਦ TV ਨਿਊਜ਼।